ਬਿਸਮਿਲ੍ਲਾਹਿਰ-ਰਹਿਮਾਨਿਰ-ਰਹੀਮ ਅਸਲਾਮ ਅਲੈਕੁਮ ਵੇਰਿਓ ਤੁਸੀਂ ਆਪਣਾ ਸਰਕੀਆਂ ਚੈਨਲ ਤੇ ਮੈਂ ਤੁਹਾਡਾ ਮਿਹਰਬਾਨ ਦਿਸ਼ਾਨ ਬਟਨ ਜਿਹੜਾ ਜ਼ਰੂਰ ਦਬਾ ਲੈਣਾ ਤਾਂ ਕਿ ਸਾਡੀ ਆਉਣ ਵਾਲੀ ਨਵੀਂ ਤੋਂ ਨਵੀਂ ਵੀਡੀਓ ਜਿਹੜੀ ਹੈ ਭਰਾਵਾਂ ਤੱਕ ਬਸਾਨੀ ਪਹੁੰਚ ਸਕੇ। ਵੀਡੀਓ ਜਿਹੜੀ ਬਣਾਉਣ ਲੱਗੀ ਹੈ ਵੀਡੀਓ ਇਸ ਤਰ੍ਹਾਂ ਹੈ ਭਾਈ ਇਮਰਾਨ ਚੀਮੇ ਦੀ ਵੀਡੀਓ ਬਸ ਸਿਲਸਿਲਾਵਾਰ ਵੀਡੀਓ ਤੁਸੀਂ ਵੇਖਦੇ ਪਏ ਕਿ ਹਫ਼ਤੇ ਵਾਲੇ ਦਿਨ ਜਿਹੜਾ ਹੈ ਨਾ ਇਹਨਾਂ ਦੀ ਵੀਡੀਓ ਜਿਹੜੀ ਹੈ ਅਪਲੋਡ ਹੁੰਦੀ ਪਈ ਹੈ। ਬਾਕੀ ਵੀਡੀਓ ਦਾ ਐਡਰੈਸ ਹੈ ਜੇ ਕਿ ਜ਼ਿਲ੍ਹਾ ਜਿਹੜਾ ਜੀ ਗੁਜਰਾਤ ਹੈ ਤਹਿਸੀਲ ਵੀ ਗੁਜਰਾਤ ਦੇ ਪਿੰਡ ਜਿਹੜਾ ਜੀ ਇਹਨਾਂ ਦਾ ਸਾਰਾ ਕੀ ਲੋਕੇਸ਼ਨ ਹਰ ਵੀਡੀਓ ਚ ਦੱਸੀ ਦੀ ਹੈ। ਕਿਤੇ ਵੀ ਪ੍ਰੋਬਲਮ ਹੋਵੇ ਗੁਜਰਾਤ ਤੋਂ ਜਿਹੜਾ ਰੋਡ ਨਿਕਲਦਾ ਨਾ ਸਰਗੋਧਾ ਰੋਡ ਉਸ ਰੋਡ ਦੇ ਉੱਤੇ ਉਹਨਾਂ ਦੇ ਤਕਰੀਬਨ ਜਿਹੜਾ ਨਾ 3 ਕਿਲੋਮੀਟਰ ਤੋਂ ਬਾਅਦ ਇਹਨਾਂ ਦਾ ਪਿੰਡ ਆਉਂਦਾ। ਇਹ ਹੀ ਇਹਨਾਂ ਦੇ ਲੋਕੇਸ਼ਨ ਨੇ। ਬਾਕੀ ਜਿਹੜੀ ਗੱਲਬਾਤ ਹੈ ਨਾ ਡਗਰਾਂ ਦੀ ਉਹ ਸਾਰੀ ਇਨਸ਼ਾਅੱਲਾ ਇੱਕ ਇੱਕ ਜਾ ਕੇ ਤਬਦੀਲ ਜਿਹੜੀ ਹੈ ਨਾ ਉਹ ਭਾਈ ਇਮਰਾਨ ਕੋਲ ਪੁੱਛ ਲੈਂਦੇ ਨਾਲ ਪੁੱਛ ਲੈਂਦੇ ਕਿ ਕਿੰਨੇ ਨੇ ਡੰਗਰ ਜਿਹੜੇ ਅੱਜ ਇਹਨਾਂ ਵੀਡੀਓ ਚ ਲਾਣੇ ਨੇ ਡੰਗਰ ਵੇਖ ਲੈਣੇ ਨੇ। ਅਗਲੀ ਗੱਲਬਾਤ ਜਿਹੜੀ ਉਹ ਜਿਹੜੇ ਜਿਹੜੇ ਭਰਾ ਨੂੰ ਪਸੰਦ ਆਵੇ ਨੰਬਰ ਸਕਰੀਨ ਤੇ ਲਾ ਜਾਣਾ ਰਾਬਤਾ ਕਰਕੇ ਆਪਣਾ ਸੌਦਾ ਜਿਹੜਾ ਜੀ ਫੈਨ ਕਰ ਲੈਣਾ। 12 ਹਫ਼ਤਾ ਤਾਰੀਖ ਵੀ ਬਣਦੀ ਹੈ 20/4/2024। ਬਾਕੀ ਅੱਲਾ ਪਾਕ ਰੱਖੇ ਹੈਰ ਤੇ ਪਹਿਲਾਂ ਤੱਕ ਜਿਹੜਾ ਨਾ ਵੀਡੀਓ ਕਰਨੇ ਜੀ ਚਲੋ ਜ਼ਿਲ੍ਹਾ ਤਹਿਸੀਲ ਗੁਜਰਾਤ ਪਿੰਡ ਜਨਾਬ ਕੋਟਲੀ ਕੁਹਾੜਾ ਜਿਹੜਾ ਨਾ ਇੱਕ ਮਾਝ ਉੱਥੇ ਟੁੱਟ ਗਈ। ਇੱਕ ਮਾਝ ਟੁੱਟ ਗਿਆ ਤਾਂ ਦੱਸਿਆ ਦੁੱਧ ਦੇ 10 ਕਿਲੋ ਠੀਕ ਹੈ ਠੀਕ ਹੈ ਤੇ ਆਏ ਨੇ ਘਰ ਉਹਨਾਂ ਚੋਈ ਹੈ ਮਝਾਂ ਲੱਥੀਆਂ ਨੇ ਠੀਕ ਤੇ ਉਹਨਾਂ ਲੱਥੀਆਂ ਮਝਾਂ ਤੁਹਾਨੂੰ ਧਵਾਉਣਾ ਮੈਂ ਮਝਾਂ ਲੈਣੀ ਆਪਣੇ ਮਝਾਂ ਵੇਲੀ ਇੱਥੇ ਆਈਆਂ ਨੇ ਠੀਕ ਹੈ ਉਹ ਮਾਝ ਉਹਨਾਂ ਪਸੰਦ ਕੀਤੀ ਹੈ ਮਾਝ ਉਹ ਲੈ ਗਿਆ ਇੱਕ ਉਹ ਲੈ ਗਿਆ ਇੱਕ ਉਹ ਲੈ ਗਿਆ ਦੋ ਗਈਆਂ ਜਨਾਬ ਦੋ ਤੇ ਕਈ ਤੇ ਮੰਨੀ ਪਾਵਲ ਦੀ ਠੀਕ ਹੋ ਗਿਆ ਜੀ ਅੱਗੇ ਵੀ ਨਾ 2-3 ਮਝਾਂ ਕਰੀਆਂ ਨੇ ਭਾਈ ਨਦੀਮ ਨੇ ਠੀਕ ਹੈ 2-3 ਅੱਗੇ ਕਰੀਆਂ ਨੇ ਠੀਕ ਤੇ ਕੱਲ ਵੀ ਉਹ ਵੀ ਆਏ ਨੇ ਮਾਝ ਲੈ ਇੱਕ ਮਾਝ ਉਹ ਲੈ ਗਿਆ ਲੋ ਜੀ ਇੱਕ ਮਾਝ ਟੁਰ ਗਈ ਹੈ ਮੰਡੀ ਪਾਵਲ ਦੇ ਭਾਈ ਨਦੀਮ ਉਹ ਲੈ ਕੇ ਗਏ ਨੇ ਹੁਣ ਪਿੱਛੇ 6 ਖਲੀਆਂ ਨੇ 6 ਖਲੀਆਂ ਇੱਕ ਬੱਚਾ ਵੀ ਇੱਕ ਬੱਚਾ ਵੈਰੀ ਗੁੱਡ ਜਨਾਬ ਕਰੀਏ ਵੀਡੀਓ ਜੀ ਅੱਲਾ ਦੀ ਮਿਹਰਬਾਨੀ ਸਲਾਮ ਦਾ ਕਰੋ ਆਪਣੇ ਚਾੜ ਸਾਰੇ ਭਰਾਵਾਂ ਨੂੰ ਮੇਰੀ ਤਰਫੋਂ ਸਲਾਮ ਹੈ ਜਿਹੜੇ ਹਾਜ਼ਰਾਂ ਪਿਆਰ ਕਰਦੇ ਨੇ ਠੀਕ ਅੱਲਾ ਪਾਕ ਜ਼ਿੰਦਗੀ ਦੇ ਨੇ ਆਮੀਨ ਨਸੀਬ ਨੇ ਮਾਝ ਵੇਖ ਲੈਣੀ ਹੈ ਜੀ ਭਰਾਵਾਂ ਨੇ ਨਜਾ ਕੇ ਹਾਈਟ ਵੇਲ ਲਬਾਸ ਥਣ ਔਰ ਖੇੜਾ ਜਿਹੜਾ ਅੱਲਾ ਦੀ ਮਿਹਰਬਾਨੀ ਨਾਲ ਭਰਾ ਨੇ ਸਾਫ਼ ਕਰਕੇ ਦੱਸ ਦੇਣਾ ਜੀ ਬਿਲਕੁਲ ਜੀ ਮਾਸ਼ਾਅੱਲਾ ਲਬਾਸ ਵੀ ਚੈੱਕ ਕਰਨਾ
ਔਰ ਖੇੜਾ ਵੀ ਮੱਝੀ ਦਾ ਜਿਹੜਾ ਹੈ ਨਾ ਇਹ ਵੀ ਭਰਾਵਾਂ ਨੇ ਚੈੱਕ ਕਰਨਾ ਫਿਰ ਸਾਰੀ ਇੱਕ ਰੰਗ ਇੱਕ ਰੰਗ ਦੇ ਵਿੱਚ ਪੂਛਲ ਦੇ ਵਿੱਚ ਵਾਲ ਜਿਹੜਾ ਹੈ ਨਾ ਇਹ ਚਿੱਟੇ ਨੇ ਬਾਕੀ ਸਾਰੀ ਨਸ਼ ਕਾਲੀ ਜਿਹੜਾ ਹੈ ਨਾ ਜਿਮਾ ਸਾਹਿਬ ਸਵਾ ਕੇ ਲਿਆ ਜੇ ਮੱਝੀ ਨੇ ਭਾਈ ਜਾਨ ਮੈਂ ਦੂਜੇ ਨੂੰ ਦੱਸਦਾ ਤੇ ਮੇਰਾ ਕੋਈ ਕਿਸੇ ਮੂੰਹ ਡੱਕ ਲੈਣਾ ਠੀਕ ਮੇਰੀ ਗੱਲ ਜੈਨੂਇਨ ਹੋਵੇ ਨਾ ਗੱਲ ਉਹੀ ਕਰਨੀ ਹੈ ਪਹਿਲਾਂ ਡਰ ਤੋਂ ਗੱਲ ਉਹੀ ਪੇ ਕਰਨੇ ਆ ਠੀਕ ਹੈ ਤੀਸਰਾ ਸੂਬੇ ਮੈਂ ਸੋਈ ਵੈਰੀ ਗੁੱਡ ਜੀ ਲੋਕ ਜੀ ਗੱਲਾਂ ਹੋਣੀਆਂ ਨੱਕੀਆਂ ਸੱਚੀਆਂ ਤੇ ਖਰੀਆਂ ਔਰ ਜੈਨੂਇਨ ਜਿਹੜੀਆਂ ਗੱਲਾਂ ਨੇ ਨਾ ਕੋਈ ਹੋਣੀਆਂ ਨੇ ਸੁਬਾ ਲਿਆ ਮਾ ਇਹਨੇ ਤੀਸਰਾ ਜਿਹੜਾ ਹੈ ਨਾ ਬੱਚਾ ਕੇ ਜੇ ਮਗਰ ਕੱਟੀ ਜੇ ਮਾਸ਼ਾਅੱਲਾ ਜੀ ਦੋ ਹੋ ਗਈਆਂ ਨਾ ਮਗਰ ਇਹਦੇ ਜਨਾਬ ਕੱਟੀ ਜਿਹੜਾ ਨੇ ਚੀਮਾ ਸਾਹਿਬ ਕਿੰਨੇ ਕੁ ਦਿਨਾਂ ਦੀ ਮਾਇਸ਼ ਹੋਈ ਇਹਨੇ ਭਾਈ ਜਾਨ ਕੋ ਡੇਢ ਤੋਂ ਪੌਣੇ ਦੋ ਮਹੀਨੇ ਹੋ ਗਏ ਲੋ ਜੀ ਦੋ ਮਹੀਨੇ ਆ ਜੀ ਠੀਕ ਹੋ ਗਿਆ ਲੋ ਜੀ ਦੋਵਾਂ ਮਹੀਨਿਆਂ ਦੀ ਜਨਾਬ ਮੇਰੇ ਮਾਂ ਜਿਹੜਾ ਸੋਈ ਹੈ ਧੁੰਨੀ ਘੋੜੀ ਜਾ ਜਾ ਇਹ ਸ਼ਾਨ ਅੱਲਾ ਦੀ ਮਿਹਰਬਾਨੀ ਜੀ ਬਿਲਕੁਲ ਜੀ ਇਹ ਵੀ ਚੈੱਕ ਕਰ ਲੈਣੀ ਹੈ ਫਿਰ ਜਿਸ ਤਰ੍ਹਾਂ ਥਾਣੇ ਅੱਲਾ ਦੀ ਮਿਹਰਬਾਨੀ ਹਾਂ ਜੀ ਅੱਲਾ ਹੂ ਦੀ ਬਾਤ ਪਈ ਜਾਵੇ ਜੁਆਈ ਕਰਦੇ ਆ ਜਾ ਜਾ ਪੋਲੀ ਜੁਆਈ ਵੈਰੀ ਗੁੱਡ ਜੀ ਪੋਲੀ ਤੇ ਮੋਟੀ ਤੇ ਗੋਲ ਜਿਹੜਾ ਹੈ ਨਾ ਤੇ ਮਜੇ ਦੀ ਜਨਾਬ ਚੁਆਈ ਹੋਵੇਗੀ ਚੀਮਾ ਸਾਹਿਬ ਕੀ ਕੁ ਦੁੱਧ ਹੈ ਤੇ ਮਾਈ ਕੋਲੇ ਭਾਈ ਸ਼ਾਨ ਜਿਸ ਭਰਾ ਦਾ ਦਿਲ ਕਰੇ ਨਾ ਮੈਂ 20 ਕਿਲੋ ਦੱਸਾਂ ਨਾ ਠੀਕ ਹੈ ਜੀ ਮੈਂ ਥਲੇ ਦੁੱਧ ਮੇਰੇ ਅੱਕਾ ਸੱਚਾ 20 ਕਿਲੋ ਦੁੱਧ ਹੈ ਠੀਕ ਹੈ ਜਿਸ ਭਰਾ ਦਾ ਦਿਲ ਕਰੇ ਮੇਰੇ ਘਰ ਆ ਕੇ ਠੀਕ ਹੈ 16 ਕਿਲੋ ਦੁੱਧ ਨਾ ਦੇ ਮੈਂ ਮੈਂ ਫਰੀ ਦੇ ਸਾਰੀ ਦਾ ਸਾਰੀ ਦਾ ਤੁਹਾਡਾ ਅਕਾਊਂਟ ਨੰਬਰ ਹੋਵੇ ਦਾ ਠੀਕ ਹੈ ਮੈਂ ਤੇ ਹੱਥ ਧਾਰ ਕੇ ਪਹਿਨਾ ਮੈਂ ਜੇ ਮੈਂ 16 ਕਿਲੋ ਦੁੱਧ ਨਾ ਦੇ ਤੇ ਮੈਂ ਫਰੀ ਨਾ ਦੇ ਜਾਣਾ ਹੀ ਨਹੀਂ ਹੈ ਜਾ ਰਾਜ਼ੀ ਹੈ ਤੇਰੇ ਤੋਂ 16 ਕਿਲੋ ਅਕਾਊਂਟ ਨੰਬਰ ਤੁਹਾਡਾ ਹੋਵੇ ਦਾ ਠੀਕ ਹੈ ਸਾਰੇ ਪੈਸੇ ਅਕਾਊਂਟ ਵਿੱਚ ਧਾਰ ਦੇ ਮੈਂ 16 ਕਿਲੋ ਦੁੱਧ ਨਾ ਦੇ ਮੈਂ ਫਰੀ ਲੋ ਜੀ ਇਹ ਜਨਾਬ ਪੈਸੇ ਮੇਰੇ ਕੋਲ ਰੱਖ ਲੈਣੇ ਨੇ ਮੈਂ ਜੇ ਕਰੇ ਦੁੱਧ 16 ਕਿਲੋ ਤੇ ਪੈਸਿਆਂ ਦੇ ਤੁਸੀਂ ਹੱਕ ਦਾ ਅਗਰ ਦੁੱਧ 16 ਕਿਲੋ ਨਾ ਹੋਵੇ ਜਿਹੜਾ ਭਰਾ ਲੈ ਕੇ ਜਾਏ ਤੇ ਪੈਸਿਆਂ ਦਾ ਉਹ ਹੱਕਦਾਰ ਹੋਵੇ ਜੀ ਠੀਕ ਹੋ ਗਿਆ ਲੋ ਜੀ ਮਾਈ ਨੰਬਰ ਜਿਹੜੀ ਹੈ ਨਾ ਜੀ ਇੱਕ ਸਵਾ ਮਾਈ ਦਾ ਤੀਸਰਾ ਮਗਰ ਇਹਦੇ ਜਨਾਬ ਕੱਟੀ ਦੇ ਲਬਾਸ ਤੇ ਚੜਾਈ ਤੇ ਖੇੜਾ ਜਿਹੜਾ ਹੈ ਨਾ ਤੇ ਬਲਾਲ ਦੇ ਭਰਾਵਾਂ ਨੂੰ ਤਕਾਂਦੇ ਤੇ ਦੁੱਧ 16 ਕਿਲੋ ਜਨਾਬ ਚਾਹੇ ਕੋਈ ਇੱਥੇ ਤੋਂ ਰਾਵੇ ਉਹ ਹੀ ਆਪਣੇ ਘਰ ਲੈ ਜਾਏ ਜਾ ਕੇ ਆਪਣੀ ਤਸੱਲੀ ਕਰ ਲੈਣੀ ਹੈ ਚੀਮਾ ਸਾਹਿਬ ਦੀ ਗ੍ਰੇਡ ਬਿਸਮਿਲਲਾ ਪੜਾਓ ਜਨਾਬ ਰੱਖੋ ਹਮ ਨਾ ਜਿਹੜਾ ਨਾ ਮੱਝ ਜਨਾਬ ਨੇ ਕਿੰਨੇ ਦੀ ਦੇ ਸਕਣੀ ਭਾਈ ਜਾਨ ਇਹਨਾਂ ਦਾ ਮੁੱਲ ਲੱਗਦੇ ਨੇ 6-6 ਲੱਖ ਰੁਪਇਆ ਠੀਕ ਹੈ ਪਰ ਆਹ ਪਹਿਲੀ ਵੀਡੀਓ ਜਿਹਨੂੰ ਲਾਏ ਸੀ ਨਾ ਉਦੋਂ ਗੱਲ ਕੀਤੀ ਵਾ ਭਰਾਵਾਂ ਨੂੰ ਤੋਹਫੇ ਦੇਣੇ ਨੇ ਮੁੱਲ ਜਾਇਜ਼ ਜਾਇਜ਼ ਲਾਣਾ ਅਸਾਂ 5 ਲੱਖ ਵੀ ਨਹੀਂ ਲਾਣਾ ਠੀਕ ਹੈ 4.5 ਲੱਖ ਵੀ ਨਹੀਂ ਲਾਣਾ ਅੱਜ ਵੈਰੀ ਗੁੱਡ ਜਨਾਬ ਠੀਕ ਹੈ ਜਿਸ ਭਰਾ ਨੂੰ ਘੁੱਟ ਕੇ ਪਸੰਦ ਆਈ ਠੀਕ ਹੈ 4,35,000 ਰੁਪਏ ਜਮਾ ਦੇ ਰਾਂ ਜੀ ਰਾਜ਼ੀ ਹੈ ਤੇਰੇ ਤੇ ਜੀ ਮੈਂ ਜਿਸ ਭਰਾ ਨੂੰ ਪਸੰਦ ਆਵੇ ਲੋ ਜੀ 4 ਪੈਂਤੀਆਂ ਨੰਬਰ 1 ਮਾ ਜਿਹੜੀ ਇਹਨੇ ਜਿਸ ਭਰਾ ਨੂੰ ਪਸੰਦ ਆਵੇ ਨਾ ਇਹ ਦੇਖ ਲੈਣੇ ਲੋ ਜੀ ਅੱਗੇ ਆ ਗਈ ਜੀ ਨੰਬਰ 2 ਤੇ ਮਿਣੀ ਜਿਹੜਾ ਹੈ ਨਾ ਜੀ ਠੀਕ ਹੋ ਗਿਆ ਲੋ ਜੀ ਜੀਮਾ ਸਾਹਿਬ ਸੁਬਾ ਕੇ ਲਿਆ ਜੇ ਮੈਂ ਜੀ ਨੇ ਭਾਈ ਸ਼ਾਨ ਪਹਿਲਾਂ ਵੀ ਦੱਸ ਲਈਏ ਨਾ ਤੇ ਵੀ ਫਾਇਦਾ ਕੀ ਠੀਕ ਹੈ ਦੂਜੇ ਸੂਵੇ ਮਾ ਜੈਨੂਅਨ ਜਿਹੜੀ ਜੀ ਠੀਕ ਹੋ ਗਿਆ ਲੋ ਜੀ ਦੂਜੇ ਜਨਾਬ ਸਿੰਘ ਹਲਦੇ ਸੋ ਨਾ ਜੀ ਦੋਵੇਂ ਹਲਦੇ ਨੇ ਰੱਖ ਰੱਖ ਜੀ ਠੀਕ ਹੋ ਗਿਆ ਜੀ ਬੱਚਾ ਕੇ ਜੇ ਮਗਰ ਇਹਦਾ ਮਗਰ ਕੱਟਾ ਜੇ ਲੋ ਜੀ ਬੱਚੇ ਦੇ ਮਗਰ ਜਨਾਬ ਕੱਟਾ ਦੇ ਲੋ ਜੀ ਇੱਕ ਵਾਰ ਸਿੰਘਾਂ ਦੀ ਅੱਲੀ ਬਾਸ ਤਸੱਲੀ ਜਿਹੜੀ ਇਹਨੇ ਕਰਾਣੀ ਹੈ ਗੱਲੀ ਕਰ ਦਿਆ ਜਾ ਜਾ ਦਰਿਆਓ ਪਾਰ ਚੁਗਦੀ ਹੋਵੇ ਜਾ ਜਾ ਨਹੀਂ ਗੱਲ ਹੈ ਆਰ ਬੈ ਕੇ ਸੌਦਾ ਕਰ ਲੈਣਾ ਚਾਹੀਦਾ ਸਿੰਘ ਜਨਾਬ ਖੜਾ ਖੜਾ ਕੇ ਜਿਹੜਾ ਹੈ ਨਾ ਇਹ ਹਲਦੇ ਪੈਨੇ ਦੇ ਥਣ ਇਦਾਂ ਵੀ ਜਿਹੜਾ ਹੈ ਨਾ ਇਹ ਚੈੱਕ ਕਰ ਲੈਣਾ ਕਿੰਨੇ ਕੁ ਟੰਗਾਂ 'ਚ ਸੋਈ ਹੈ ਕੋਈ ਨਾ ਤੇਰੇ ਪਰ ਕੋ ਮਹੀਨਾ ਹੀ ਹੋ ਗਿਆ ਜੀ ਇੱਕ ਮਹੀਨਾ ਹੋ ਗਿਆ ਜੀ ਠੀਕ ਹੈ ਵੀ ਦੁੱਧ ਤੇ ਲੱਗੀ ਹੈ ਜਾ ਲੋ ਜੀ ਕੀ ਕੁ ਦੁੱਧ ਹੈ ਸਿਰ ਕੀ ਮਸਾਬ ਮਜੀ ਕੋਲੇ ਆਏ ਭਾਈ ਸ਼ਾਨ ਜਿਸ ਭਰਾ ਦਾ ਦਿਲ ਕਰੇ ਨਾ ਮੇਰੇ ਘਰ ਆ ਕੇ ਮੈਂ 14-15 ਕਿਲੋ ਕੋਈ ਦੱਸਣਾ ਠੀਕ ਹੈ ਕਿ ਜਿਸ ਭਰਾ ਦਾ ਦਿਲ ਕਰੇ ਮੇਰੇ ਘਰ ਆ ਕੇ 12 ਕਿਲੋ ਦੁੱਧ ਦੀ ਤਸੱਲੀ ਕਰ ਲੈ ਸਾਰੀ ਦਾ ਜੀ ਸਾਰੀ ਦਾ ਲੋ ਜੀ ਬੱਚੇ ਨੂੰ ਪਸਮਾ ਕੇ ਬੱਚਾ ਪਿਛਾ ਕਰ ਲੈ ਔਰ 12 ਕਿਲੋ ਜਨਾਬ ਦੋਵਾਂ ਟਾਈਮਾਂ ਦਾ ਜਿਹੜਾ ਹੈ ਨਾ ਤੇ ਆ ਕੇ ਦੁੱਧ ਪੂਰਾ ਕਰ ਲੈਣਾ ਤੇ ਬਾਕੀ ਹਾਈਟ ਵੇਲ ਹੱਡੀਆਂ ਲਬਾਸ ਥਣ ਜਿਹੜਾ ਹੈ ਨਾ ਉਹ ਬਲਾਲ ਨੇ ਵਿਖਾ ਸਕਣਾ ਤੱਕ ਜਿਹੜਾ ਹੈ ਨਾ ਉਹ ਭਰਾਵਾਂ ਨੇ ਆਪ ਲੈਣਾ ਲੋ ਜੀ ਜੀਮਾ ਸਾਹਿਬ
ਝੋਟੀ ਮਿਣੀ ਜਨਾਬ ਨੇ ਕਿੰਨੇ ਦਾ ਜਿਹੜਾ ਇਹਨਾਂ ਰਸਾ ਕਿਸੇ ਭਰਾ ਨੂੰ ਫੜਾ ਕਰਨਾ ਪੈਸਾ ਨੇ ਇਹਦਾ ਮੁੱਲ ਲੱਗਦਾ ਨਾ 4.5 ਲੱਖ ਰੁਪਇਆ ਠੀਕ ਪਰ ਆਹਾਂ ਕੋਈ ਲਾਣਾ ਠੀਕ ਹੈ ਜਿਸ ਭਰਾ ਨੂੰ ਘੁੱਟ ਕੇ ਪਸੰਦ ਆਈ 4 ਲੱਖ ਵੀ ਨਹੀਂ ਲਾਣਾ ਠੀਕ ਹੈ ਜਿਸ ਭਰਾ ਨੂੰ ਘੁੱਟ ਕੇ ਪਸੰਦ ਆਈ 3,85,000 ਰੁਪਏ ਝੋਟੀ ਦੀ ਯਾਰ ਆਜ਼ੀ ਹੈ ਤੇਰੇ ਤੋਂ 3.80 ਤੇ 5 ਲੋ ਜੀ 85 ਦੀ ਝੋਟੀ ਜਨਾਬ ਨੰਬਰ ਜਿਹੜੀ 2 ਹੈ ਨਾ ਮਿਣੀ ਝੋਟੀ ਨੰਬਰ ਜਿਹੜੀ ਹੈ ਨਾ ਜੀ 3 ਸਵਾ ਕੇ ਲਿਆ ਜੀ ਝੋਟੀ ਨੇ ਲੋ ਜੀ ਦੂਜਣ ਐਕ ਪਹਿਲਣ ਇੱਕੀ ਪਹਿਲਣ ਜੀ ਠੀਕ ਹੋ ਗਿਆ ਲੋ ਜੀ ਜਨਾਬ ਦੂਜਣ ਝੋਟੀ ਹੈ ਕਿੰਨੇ ਟੰਗਾਂ ਦੀ ਸੂਈ ਹੈ ਲੋ ਜੀ ਕੱਚੀ ਸੂਈ ਹੈ ਮਗਰ ਇਹਦੇ ਵੀ ਕੱਟੀ ਹੈ ਮਾਸ਼ਾਅੱਲਾ ਚਲੋ ਪਹਿਲਾਂ ਇੱਕ ਵਾਰੀ ਝੋਟੀ ਵਹਾ ਲੈਣ ਦਾ ਫਿਰ ਕੱਟੀ ਵੀ ਜਿਹੜੀ ਹੈ ਨਾ ਉਹ ਵੀ ਵਹਾ ਸਕਦਾ ਜੀ ਮਹਿਲਾ ਸੱਟਣਾ ਜੀ ਮਹਿਲਾ ਸੱਟਣਾ ਦੁੱਧ 11 ਹੋ ਗਿਆ ਲੇਕਿਨ ਦੱਸਣਾ ਜਿਹੜਾ ਨਾ 10 1 ਕਿਲੋ ਘੱਟ ਜਿਹੜਾ ਨਾ ਔਰ ਫਿਰ ਲਪਾਸ ਥਣ ਜਿਹੜਾ ਨਾ ਵੇਖਿਆ ਥਾਂ ਕਿੰਨੀ ਹੈ ਝੋਟੀ ਮੇਰੇ ਕੋਲ ਹਲੇ ਬਿਲਕੁਲ ਜੀ ਆ ਵੇਖੋ ਕੱਚੀ ਸੂਈ ਹੈ ਕੱਚੀ ਸੂਈ ਹੈ ਜੀ ਠੀਕ ਹੈ ਛੱਡ ਦਿਓ ਫਿਰ ਲੋ ਜੀ 10 ਕਿਲੋ ਦੁੱਧ ਜਨਾਬ ਝੋਟੀ ਨੰਬਰ 3 ਦੂਜਣ ਮਗਰ ਇਹਦੇ ਕੱਟੀ ਹੈ ਜਿਸ ਭਰਾ ਦਾ ਦਿਲ ਕਰਦਾ ਆ ਕੇ ਆਪਣੀ ਤਸੱਲੀ ਕਰ ਲੈ ਕਿੰਨੇ ਦੀ ਜਨਾਬ ਨੇ ਝੋਟੀ ਦੇ ਫੜਨੀ ਪੈਸਾ ਜਿਸ ਭਰਾ ਨੂੰ ਘੁੱਟ ਕੇ ਪਸੰਦ ਆਈ ਨਾ ਠੀਕ ਹੈ 4 ਲੱਖ ਕੋ ਨਹੀਂ ਲਾਣਾ ਠੀਕ ਹੈ ਕੋਣੇ 4 ਲੱਖ ਵੀ ਨਹੀਂ ਲਾਣਾ ਵੈਰੀ ਗੁੱਡ ਜਨਾਬ ਠੀਕ ਹੈ ਜਿਸ ਭਰਾ ਨੂੰ ਘੁੱਟ ਕੇ ਪਸੰਦ ਆਈ ਠੀਕ ਹੈ 3,55,000 ਰੁਪਏ ਦੀ ਝੋਟੀ ਯਾਰ ਰਾਜ਼ੀ ਆ ਤੇਰੇ ਤੇ ਕੀ ਮੈਂ ਲੋ ਜੀ 3,55 ਦੀ ਜਿਸ ਭਰਾ ਨੂੰ ਪਸੰਦ ਆਵੇ ਨਾ ਝੋਟੀ ਜਨਾਬ ਦੇਸਣ ਨਹੀਂ ਲਿਓ ਜੀ ਅੱਗੇ ਕੋਲੋ ਜੀ ਤੇ ਨੰਬਰ ਜਿਹੜੀ ਹੈ ਨਾ ਜੀ ਆ ਗਈ 4 ਜਿਹੜਾ ਹੈ ਨਾ ਲੋ ਜੀ ਜੀਮਾ ਸਾਹਿਬ ਸਵਾ ਕੇ ਲੈ ਜਮਾ ਜਾਂ ਦੂਜਾ ਸੂਰੇ ਲੋ ਜੀ ਇਹ ਤੇ ਜਨਾਬ ਦੂਜੜ ਅੱਖਾਂ ਇੱਕੋ ਜਿਹੀ ਆ ਦੋਵੇਂ ਚੱਲੇ ਆ ਤੇ ਚਿੱਟੀਆਂ ਜਨਾਬ ਔਰ ਛੱਲੇ ਵਾਲੀ ਆਖੇ ਫਿਰ ਅੱਡੀਆਂ ਕੱਟਦੀਆਂ ਔਰ ਲੰਗੋਟਾ ਜਿਹੜਾ ਹੈ ਨਾ ਇਹ ਝੋਟੀ ਦਾ ਭਰਾਵਾਂ ਨੇ ਚੈੱਕ ਕਰ ਲੈਣਾ ਬੱਚਾ ਕੇ ਜੇ ਮਗਰ ਇਹਦੇ ਇਹਦੇ ਮਗਰ ਕੱਟਾ ਜੇ ਕੱਟੀ ਜੇ ਕੱਟੀ ਹੈ ਜੀ ਠੀਕ ਹੋ ਗਿਆ ਲੋ ਜੀ ਇਹਦੇ ਵੀ ਮਗਰ ਜਨਾਬ ਜਿਹੜਾ ਨਾ ਇਹ ਕੱਟੀ ਜੇ ਕਿੰਨੇ ਕੁ ਟਾਈਮ ਹੋ ਗਏ ਨੇ ਸੋਏ ਆ ਇੱਕ ਮਹੀਨਾ ਜੀ ਠੀਕ ਹੋ ਗਿਆ ਵੀ ਇਹ ਦੁੱਧ ਤੇ ਲੱਗੀ ਹੈ ਔਰ ਫਿਰ ਲੱਤਾਂ ਬਰੀਕ ਜੀ ਬਿਲਕੁਲ ਤੇ ਖੁਰ ਜਿਹੜੇ ਨੇ ਨਾ ਇਹ ਗੋਲ ਨੇ ਚੀਮਾ ਸਾਹਿਬ ਕੀ ਕੁਦੂ ਦੇ ਹੱਥਾਂ ਝੋਟੀ ਕੋਲ ਠੀਕ ਭਾਈ ਸਾਹਿਬ ਜਿਸ ਭਰਾ ਦਾ ਦਿਲ ਕਰੇ ਮੈਂ ਦੱਸਾਂ 14 ਕਿਲੋ ਠੀਕ ਹੈ ਤਾਂ ਫਾਇਦਾ ਕੋਣ ਜਿਸ ਭਰਾ ਦਿਲ ਕਰੇ ਝੋਟੀ ਥੱਲੇ ਦੁੱਧ 12 ਕਿਲੋ ਠੀਕ ਹੋ ਗਿਆ ਮੇਰੀ ਗਰੰਟੀ ਹੋਵੇ ਦੀ 11 ਕਿਲੋ ਲੋ ਜੀ 11 ਕਿਲੋਆਂ ਦੀ ਤਸੱਲੀ ਹੋਵੇਗੀ ਤਾਂ ਬੱਚਾ ਕਿੱਥੇ ਜੇ ਇਹਦਾ ਬੱਚਾ ਇਹ ਖੋਲੋ ਬੱਚੇ ਇੱਕ ਵਾਰੀ ਛੱਡੋ ਤਾਂ ਥੱਲੇ ਜਨਾਬ ਇਹਦੀ ਇਹ ਜਵਾਈ ਵੀ ਚਲੋ ਭਰਾਵਾਂ ਨੂੰ ਤਕਾ ਦੇਣੀ ਹੈ ਤੇ ਮਿਲਣ ਜਿਹੜਾ ਨਾ ਉਹ ਵੀ ਭਰਾਵਾਂ ਨੂੰ ਤਕਾ ਦੇਣੀ ਹੈ ਤੇ ਮਗਰ ਜਨਾਬ ਕੱਟੀ ਹੈ 1 ਮਹੀਨੇ ਦੀ ਜਿਹੜਾ ਹੈ ਨਾ ਇਹ ਝੋਟੀ ਸੂਈ ਹੈ ਤੇ 11 ਕਿਲੋ ਦੋਵਾਂ ਟਾਈਮਾਂ ਦਾ ਦੋਵਾਂ ਟਾਈਮਾਂ ਦਾ ਸੋਧ ਮੇਰੀ ਗਰੰਟੀ ਘੱਟਦੀ ਹੋਵੇ ਦੀ ਲੋ ਜੀ ਦੁੱਧ ਜ਼ਿਆਦਾ ਹੋਵੇਗਾ ਔਰ 11 ਕਿਲੋਆਂ ਦੀ ਤਸੱਲੀ ਦੇਣੀ ਹੈ ਦੋਵੇਂ ਟਾਈਮ ਜਿਸ ਭਰਾ ਦਾ ਦਿਲ ਕਰਦਾ ਅਗੇ ਕੋਲ ਥਾਣਾ ਸ਼ਾਇਦ ਕੋ ਨਹੀਂ ਅਦੇ ਜੀ ਬਿਲਕੁਲ ਹੁਣ ਪਸਮਾ ਵੀ ਪਸਮਾ ਇਹ ਵੇਖਿਆ ਥਾਣ ਕੈਨ ਕਰਦੀ ਜੀ ਬਿਲਕੁਲ ਵਹਾ ਲੈਣੇ ਨੇ ਇਸੇ ਵਾਤੇ ਆਖਿਆ ਕਿ ਬੱਚੇ ਇੱਕ ਵਾਰੀ ਛੱਡੋ ਹੁਣ ਚਲੋ ਮਿਲਣ ਗੜਨ ਵੀ ਜਿਹੜਾ ਨਾ ਉਹ ਵੀ ਵਹਾ ਸਕਣੇ ਤੇ ਦੁੱਧ ਵੀ ਤੇ ਸਾਰਾ ਮੁਕੰਮਲ ਪਸਮਾ ਜਿਹੜਾ ਨਾ ਉਹ ਵੀ ਦੁਕਾ ਸਕਣੇ ਕਿਉਂਕਿ ਇਹਦੇ ਤੋਂ ਬਾਅਦ 2 ਮੱਝਾਂ ਜਿਹੜੀਆਂ ਨੇ ਨਾ ਇਹ ਹੋਰ ਲੱਗਣੀਆਂ ਨੇ ਔਰ ਇੱਕ ਬੱਚਾ ਵੀ ਜਿਹੜਾ ਨਾ ਉਹ ਵੀ ਜਨਾਬ ਵੀਡੀਓ ਦੇ ਵਿੱਚ ਲੱਗਣਾ ਤੇ ਜ਼ਿਲ੍ਹਾ ਤਹਿਸੀਲ ਇਹ ਗੁਜਰਾਤ ਹੈ ਔਰ ਪਿੰਡ ਜਨਾਬ ਦਾ ਸਾਰੋ ਕੀ
ਪੰਗੇ ਦੀ ਕੋਈ ਜ਼ਰੂਰਤ ਹੈ? ਨਾ 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 ਜੀ ਠੀਕ ਹੈ, ਜਿੱਥੇ ਫਸਲ ਲੈਣਾ ਉੱਥੋਂ ਲੱਤ ਨਹੀਂ ਪਟਣੀ ਜੀ, ਠੀਕ ਹੋ ਗਿਆ ਜੀ ਬਿਲਕੁਲ। ਇਸੇ ਵਾਸਤੇ ਚੀਮਾ ਸਾਹਿਬ ਕਿਹਾ ਨਾ ਕਿ ਚਲੋ ਇੱਕ ਵਾਰੀ ਖਾ ਸਕਦੇ ਹਾਂ, ਜਿਹੜਾ ਨਾ ਮਿਲਣ ਗਿਲਣ ਦੀ ਧਾਰ ਵੀ ਔਰ ਚਵਾਈ ਜਿਹੜੀ ਹੈ ਨਾ, ਫਿਰ ਮਾਸ਼ਾਅੱਲਾ ਮੋਟੀ ਲੋ ਜੀ ਭਾਈ ਚੌਵਾਂ ਥਾਣਾਂ ਦੇ ਵਿੱਚ ਜਿਹੜਾ ਨਾ ਇੱਕ ਇੱਕ ਧਾਰ ਮਾਰ ਕੇ ਨਾ ਮੁੜ ਕੇ ਬਿਸਮਿਲਾ ਪੜ੍ਹ ਕੇ ਜਿਹੜਾ ਉਹਦਾ ਚਵਾਈ ਸ਼ੁਰੂ ਕਰ ਦੇਣੀ ਹੈ ਔਰ ਫਿਰ ਮੁੱਲ ਵੀ ਜਿਹੜਾ ਨਾ ਉਹ ਵੀ ਪੁੱਛ ਲੈਂਦੇ ਜੀ ਠੀਕ ਹੈ। ਉਹਦੇ ਅੱਗੇ ਕੋਲੋਂ ਜੀ ਅੱਗੇ ਬਾਅਦ ਹੋਰ ਜਿਹੜਾ ਨਾ ਨੰਬਰ ਜਿਹੜੀ ਹੈ ਨਾ ਪੰਜ ਤੇ ਨੰਬਰ ਛੇ ਜਨਾਬ, ਕਿਉਂਕਿ ਦੋ ਝੋਟੀਆਂ ਬਾਕੀ ਨੇ, ਇਹ ਪਹਿਲਣ ਹੈ ਨਾ ਪੰਜ ਲੋ ਜੀ ਪਹਿਲਣ ਲੋ ਜੀ ਚੀਮਾ ਸਾਹਿਬ ਨੰਬਰ ਵੀ ਪੰਜ ਤੇ ਪੰਜ ਕਲਿਆਣ ਵਿੱਚ ਜੀ ਬਿਲਕੁਲ ਜੀ ਠੀਕ ਹੋ ਗਿਆ ਜਨਾਬ, ਨੰਬਰ ਵੀ ਪੰਜ ਤੇ ਪੰਜ ਕਲਿਆਣ ਚੁੱਕੇ ਜੀ ਲੋ ਜੀ ਮੁੱਝ ਚੁੱਕੀ ਹੈ ਪਹਿਲਣ ਝੋਟੀ ਹੈ ਜਨਾਬ ਨੰਬਰ ਪੰਜ ਤੇ ਜਿਹੜਾ ਬੱਚਾ ਕੇਸ ਮਗਰ ਇਹਦੇ ਮਗਰ ਕੱਟਾ ਜੇ ਲੋ ਜੀ ਬੱਚਾ ਮਗਰ ਇਹਦੇ ਕੱਟਾ ਜ਼ਰੂਰਤ ਨੀ ਜੀ ਠੀਕ ਹੈ ਪਹਿਲਣ ਹੋ ਕੇ ਕੋਈ ਹੋਰ ਨੀ ਬੱਚਾ ਛੱਡ ਕੇ ਹਲਣ ਨੀ ਲੱਗੀ ਪੱਟਣ ਨੀ ਲੱਗੀ ਪਹਿਲਣ ਦਾ ਵੀ ਥਣ ਰੁਗ ਰੁਗ ਮਾਸ਼ਾਅੱਲਾ ਸੂਰਾ ਜਿਹੜਾ ਨਾ ਔਰ ਮੁੱਠ ਮੁੱਠ ਜਿਹੜਾ ਨਾ ਝੋਟੀ ਦਾ ਥਣ ਲੋ ਜੀ ਚੀਮਾ ਸਾਹਿਬ ਕਿੰਨੇ ਕੁ ਡੰਗ ਹੋ ਗਏ ਸੋਏ ਆ ਝੋਟੀ ਕੋਲ ਲੋ ਜੀ ਦਸ ਕਿਲੋ ਪਹਿਲਣ ਝੋਟੀ ਜੀ ਠੀਕ ਹੋ ਗਿਆ ਜਨਾਬ ਦਸ ਕਿਲੋ ਸਾਰੀ ਦਾ ਜਨਾਬ ਇਹ ਵਜ਼ਾਹਤ ਇਸ ਵਾਸਤੇ ਕਰੀ ਦੀ ਹੈ ਕਿ ਜਿੱਥੋਂ ਵੀ ਕੋਈ ਭਰਾ ਵੇ ਇਸ ਗੱਲ ਨੂੰ ਮੱਦੇਨਜ਼ਰ ਰੱਖਣਾ ਦੁੱਧ ਸਾਰੀ ਦਾ ਜਿਹੜਾ ਇਹ ਦਸ ਕਿਲੋ ਦੱਸਿਆ ਲੋ ਜੀ ਚੀਮਾ ਸਾਹਿਬ ਝੋਟੀ ਜਨਾਬ ਪਹਿਲਣ ਕਿੰਨੇ ਦੀ ਜਨਾਬ ਨੇ ਝੋਟੀ ਦੇ ਦੇਣਾ ਇੰਨੀ ਨਾ ਮੋੜ ਲੱਗਦੇ ਨਾ ਪੌਣੇ 4 ਲੱਖ ਰੁਪਇਆ ਠੀਕ ਹੈ ਪਰ ਰਹਾ ਕੋਈ ਲਾਣਾ ਠੀਕ ਆ 13.5 ਲੱਖ ਨਹੀਂ ਲਾਣਾ ਵੈਰੀ ਗੁੱਡ ਜਨਾਬ ਠੀਕ ਹੈ 40 ਵੀ ਨਹੀਂ ਲਾਂਦੇ ਆ ਜੀ ਠੀਕ ਹੋ ਗਿਆ ਜਨਾਬ ਜਿਸ ਭਰਾ ਨੂੰ ਘੁੱਟ ਕੇ ਪਸੰਦ ਆਈ ਠੀਕ ਹੈ 3,25,000 ਰੁਪਏ ਝੋਟੀ ਦੇ ਆੜਾ ਯਾਰ ਰਹੀਆਂ ਤੇਰੇ ਤੋਂ ਜੇ ਮੈਂ ਜਿਸ ਭਰਾ ਨੂੰ ਪਸੰਦ ਆਵੇ ਲੋ ਜੀ 3 ਪੰਜੀਆਂ ਦੀ ਜਿਹੜਾ ਹੈ ਨਾ ਇਹ ਝੋਟੀ ਦੇ ਦੇਣੀ ਹੈ ਨੰਬਰ ਜਿਹੜੀ ਹੈ 5 ਲਿਓ ਜੀ ਅੱਗੇ ਖੋਲੋ ਜੀ ਨੰਬਰ ਜਿਹੜੀ ਹੈ ਨਾ 6 ਤੇ ਅੱਜ ਦੀ ਵੀਡੀਓ ਦੀ ਆਖਰੀ ਮਾਰ ਜਿਹੜਾ ਹੈ ਨਾ ਸੁਬਾ ਕੇ ਲਿਆ ਜੀ ਮਜੀ ਭਾਈਸ਼ਾਨ ਦੂਜਾ ਸੂਜੇ ਲੋ ਜੀ ਦੂਜਾ ਜਨਾਬ ਇਹ ਝੋਟੀ ਹੈ ਦੀ ਕੁੱਤਾ ਔਰ ਕੁੱਤਾ ਦੇ ਹਣ ਦੇ ਲਿਬਾਸ ਜਿਹੜਾ ਹੈ ਨਾ ਇਹ ਵੀ ਚੈੱਕ ਕਰ ਲੈਣਾ ਸਿਲਾਈ ਕਰੀ ਉਹ ਮੱਥੇ ਪੂਰੇ ਰੱਖ ਲਓ ਨਾ ਫਿਰ ਇਹਨਾਂ ਦੇ ਦੋਵੇਂ ਪਾਰਟੀਆਂ ਜਿਹੜੀਆਂ ਨੇ ਨਾ ਸੂਈ ਲਾ ਕੇ ਝੋਨੇ ਜੇ ਠੀਕ ਹੈ ਕਿ ਝੂਠ ਹੀ ਮਾਰਨਾ ਮੈਂ ਨਹੀਂ ਪਤਾ ਗੱਲ ਕਰੇ ਸੂਈ ਦੇ ਵਜ਼ਾਹਤ ਵੀਡੀਓ ਇਹ ਕਰ ਦੋਵੇਂ ਟਾਈਮ ਦੋਵੇਂ ਟਾਈਮ ਲੇਕਿਨ ਪਹਾੜੇ ਲਾ ਕੇ ਜੇ ਅੱਲਾ ਦੀ ਮਿਹਰਬਾਨੀ ਨਾਲ ਜੇ ਕੋਈ ਦੂਸਰੇ ਦਿਹਾੜੇ ਮਿਹਨਤ ਲੱਗ ਜਾ ਜਾ ਕੀ ਕੋ ਦੁੱਧ ਅਸਰ ਮਾਰ ਪੜਿਆ ਹੈ ਠੀਕ ਭਾਈ ਜਾਨ ਜੇ ਭਰਾ ਦਾ ਦਿਲ ਕਰੇ ਨਾ ਝੋਟੀ ਕੋ ਦੁੱਧ 13 ਕਿਲੋ ਠੀਕ ਹੈ ਤੇ ਮੇਰੀ ਗਾਰੰਟੀ ਹੋ ਵਧੀ 11 ਸਿਰ ਦੀ ਲੋ ਜੀ 11 ਕਿਲੋ ਠੀਕ ਹੋ ਗਿਆ ਜੀ ਦੁੱਧ 13 ਕਿਲੋ ਦੇ ਲੱਗਣ 11 ਕਿਲੋ ਦੀ ਜਿਹੜਾ ਹੈ ਨਾ ਇਹ ਤਸੱਲੀ ਹੋਵੇਗੀ ਹਾਜ਼ਰ ਲੋਕਾਂ ਸਾਰੀ ਦੇ ਸਟੂਡੈਂਟ ਜਨਾਬ ਨੰਬਰ 6 ਔਰ ਅੱਜ ਦੀ ਵੀਡੀਓ ਦੀ ਆਖਰੀ ਜਿਹੜਾ ਹੈ ਨਾ ਜੀ ਸਾਹਿਬ ਬੱਚਾ ਹੁੰਦਾ ਨਾ
ਜਨਾਬ ਝੋਟੀ ਜਿਹੜਾ ਨਾ ਪੰਜਵਾਂ ਨੰਬਰ ਵਾਲੀ ਦਾ ਜੀ ਠੀਕ ਹੋ ਗਿਆ ਨੰਬਰ ਜੀ ਠੀਕ ਹੈ ਜੀ ਠੀਕ ਹੋ ਗਿਆ ਜੀ ਦੋ ਨੰਬਰ ਵਾਲੀ ਦਾ ਜਿਹੜਾ ਨਾ ਆਖਿਆ ਸੀ ਠੀਕ ਹੈ ਚੀਮਾ ਸਾਹਿਬ ਕੱਟੀ 50,000 ਰੁਪਏ ਦੀ ਸਾਡੀ ਰਹਿਣ ਦਿਆ ਜੀ ਠੀਕ ਹੋ ਗਿਆ ਜੀ ਹੁਣ ਹੁਣ ਉਹਨਾਂ ਕਿਹਾ ਅੱਜ ਕਦੀ ਨਸਲ ਹੀ ਹੈ ਨਾ 50,000 ਰੁਪਏ ਦੀ ਕੱਟੀ ਸਾਡੀ ਰਹਿਣ ਦਿਆ ਠੀਕ ਹੋ ਗਿਆ ਲੇਕਿਨ ਤੁਸੀਂ ਕਿਹਾ ਕਿ ਨਾਲ ਹੀ ਜਿਹੜਾ ਇਹ ਖੰਡੀ ਲਓ ਜੀ ਅੱਗੇ ਜਨਾਬ ਬੱਚਾ ਜਿਹੜਾ ਨਾ ਇੱਕ ਅੱਜ ਦੇ ਵੀਡੀਓ ਦੇ ਵਿੱਚ ਇੱਕ ਹੀ ਬੱਚਾ ਜਨਾਬ ਚੀਮਾ ਸਾਹਿਬ ਦੇ ਮੂੰਹ ਚੁੱਕੇ ਜੇ ਦੋਂਦਾ ਲੋ ਜੀ ਮੂੰਹ ਚ ਦੋਂਦਾ ਜਿਹੜਾ ਨਾ ਹਲੇ ਬਸ ਇੱਥੋਂ ਲਿਆਉਣੇ ਇੱਕ ਵਾਰੀ ਵਾਪਸ ਜਿਹੜਾ ਨਾ ਬਲਾਲ ਨੂੰ ਦੂਜੀ ਸਾਈਡ ਵੀ ਜਿਹੜੀ ਹੈ ਨਾ ਇਹਦੀ ਸਕਾਨ ਦੇ ਉੱਤੇ ਪ੍ਰਿੰਟ ਜਿਹੜਾ ਹੈ ਨਾ ਇਹ ਬੱਚੇ ਦਾ ਮਾਸ਼ਾਅੱਲਾ ਚੈੱਕ ਕਰਨਾ ਫਿਰ ਬੰਨ ਦੇ ਝੱਲ ਮਾਸ਼ਾਅੱਲਾ ਜੀ ਉਹ ਸਣ ਜਿਹੜਾ ਹੈ ਨਾ ਇਹ ਬੱਚੇ ਦਾ ਚੈੱਕ ਕਰਨਾ ਫਿਰ ਮੂੰਹ ਚ ਦੋ ਦੰਦ ਜਿਹੜਾ ਹੈ ਨਾ ਚੀਮਾ ਸਾਹਿਬ ਇਹ ਪੱਟੋ ਜੀ ਇੱਕ ਵਾਰੀ ਮੂੰਹ ਜਿਹੜਾ ਨਾ ਦੋਂਦਾ ਜਿਹੜਾ ਨਾ ਦੋਂਦ ਦੀ ਤਸੱਲੀ ਜਿਹੜੀ ਹੈ ਨਾ ਇਹ ਵੀਡੀਓ ਜੇ ਕਰਾ ਛੋੜੋ ਚੀਮਾ ਸਾਹਿਬ ਕਿੰਨੇ ਦਾ ਜਨਾਬ ਨੇ ਬੱਚਾ ਦੇ ਸਕਣਾ ਹੈ ਬੱਚਾ ਨੇ ਬੱਚਾ ਨੇ ਇਹਨੇ ਨਾ ਮੁੱਲ ਲੱਗਦੇ ਨਾ ਪੌਣੇ ਚਾਰ ਚਾਰ ਠੀਕ ਹੈ ਪਰ ਹਾਂ ਕੋ ਨਹੀਂ ਲਾਣਾ ਠੀਕ ਹੈ ਜਿਸ ਭਰਾ ਨੂੰ ਤੁਹਾਡੇ ਪਸੰਦ ਆਇਆ 3,30,000 ਰੁਪਏ ਦਾ ਬੱਚਾ ਦੇਣਾ ਜਾ ਰਹਾ ਰਹੀਆਂ ਤੇਰੇ ਤੋਂ 3,30,000 ਰੁਪਏ ਦਾ 30,000 ਰੁਪਏ ਦਾ ਜਨਾਬ ਜਿਸ ਭਰਾ ਨੂੰ ਪਸੰਦ ਆਵੇ ਨਾ ਬੱਚਾ ਦੇ ਸਕਣਾ ਤੇ ਆਏ ਬੰਦੇ ਦੀ ਕਦਰ ਜਿਹੜੀ ਹੈ ਨਾ ਜ਼ਰੂਰ ਹੋਵੇਗੀ ਲੋ ਜੀ ਚੀਮਾ ਸਾਹਿਬ 6 ਮੱਝਾਂ ਇੱਕ ਬੱਚਾ ਸੱਤ ਜਾਨਵਰ ਨੇ ਜਨਾਬ ਸ਼ਹਿਰ ਦਾ ਮੁੱਲ ਜਿਹੜਾ ਹੈ ਨਾ ਇਹ ਲਾਗਿਆ ਦੇ ਇੱਕ ਜਨਾਬ ਦੀ ਜਵਾਈ ਹੁੰਦੇ ਵੀ ਹੈ ਨਾ ਦੋ ਪਾਰਟੀਆਂ ਮੁਕੰਮਲ ਹੋ ਗਈਆਂ ਜੀ ਠੀਕ ਹੋ ਗਿਆ ਜੀ ਉਹਦਾ ਦੁੱਧ ਕਿੰਨਾ ਦੱਸਿਆ ਨਹੀਂ ਕੋਈ ਤਾਂ ਮੈਂ ਇਹ ਦੱਸ ਰਿਹਾ ਯਾਰ ਠੀਕ ਹੈ ਤੁਹਾਡਾ ਦੁੱਧ 13 ਕਿਲੋ ਠੀਕ ਹੋ ਗਿਆ ਲੇਕਿਨ ਤੁਹਾਡੀ 11 ਦੀ ਤਾਂ ਪੱਤੀ ਨਹੀਂ 11 ਦੀ ਲੋ ਜੀ ਫਿਰ ਇਹ ਵੀ ਚੈੱਕ ਕਰਨਾ ਕਿ ਜਿੱਥੇ ਪੱਤਮੀ ਹੈ ਨਾ ਅੰਦਰ ਹੀ ਮੇਰੇ ਬਾਣੇ ਲੱਤ ਉੱਥੇ ਹੀ ਧਰਨੀ ਦੂਜੀ ਲੱਤ ਨਹੀਂ ਪੱਟਣੀ ਉਹ ਤਾਂ ਲੱਤ ਨਹੀਂ ਸੋ ਪੱਟੀ ਹੈ ਜੀ ਠੀਕ ਹੋ ਗਿਆ ਲੋ ਜੀ ਚੀਮਾ ਸਾਹਿਬ ਹੁਣ ਬਿਸਮਿਲਲਾ ਪੜੋ ਹਾਂ ਜਨਾਬ ਇਹ ਕਿਸੇ ਭਰਾ ਨੂੰ ਪਸੰਦ ਆਵੇ ਨਾ ਇਹ ਕਿੰਨੇ ਦੀ ਝੋਟੀ ਜਨਾਬ ਸ਼ਾਨ ਆਹ ਤਾਂ ਮੁੱਲ ਦਾ ਮਿੱਥੇ 4,00,000 ਰੁਪਇਆ ਠੀਕ ਹੈ ਇਹ ਬਰਾ ਹਾਂ ਕੋ ਨਹੀਂ ਲਾਣਾ ਜੀ ਠੀਕ ਹੈ ਆਹ ਪੌਣੇ 4,00,000 ਨਹੀਂ ਲਾਣਾ ਅੱਜ ਔਰ ਫਿਰ ਲਬਾਸ ਨਿੰਬੂ ਆ ਨਿੰਬੂ ਆ ਨੁੱਚਰ ਦੇ ਮੈਂ ਲੈ 6 ਮੱਝਾਂ ਨੇ ਠੀਕ ਹੈ ਉਹ ਬੰਦਾ ਆ ਕੇ ਚੋਵੇ ਨਾ ਮੱਝਾਂ ਮੱਝਾਂ ਦਾ ਲਬਾਸ ਲੈ ਜੇ ਤਾਂ ਮਿਟੋ ਵੈਰੀ ਗੁੱਡ ਜਨਾਬ ਨਿੰਬੂ ਆ ਲਬਾਸ ਜਿਹੜਾ ਅੱਲਾ ਦੀ ਮਿਹਰਬਾਨੀ ਨਾਲ ਇਹ ਨੁੱਚੜੇਗਾ ਜੇ ਮੈਂ ਸਾਹਿਬ ਕਿੰਨੇ ਦੀ ਝੋਟੀ ਦੇ ਸਕਦੇ ਹੀ ਹੈ ਠੀਕ ਹੈ ਭਾਈ ਸ਼ਾਨ ਪੌਣੇ 4,00,000 ਨਹੀਂ ਲਾਣਾ ਠੀਕ ਹੈ ਠੀਕ ਹੈ ਜਿਸ ਭਰਾ ਨੂੰ ਘੁੱਟ ਕੇ ਪਸੰਦ ਆਏ ਜੇਕਰ ਦੋ ਦੇ ਹੁਣ ਮੈਂ ਦੋ ਬਾਲੀਆਂ ਵੇਖ ਮੈਂ 4,00,000 ਹੀ ਰੁਪਇਆ ਲਾਣਾ ਠੀਕ ਹੈ ਇਹ ਤਾਂ ਫਾਇਦਾ ਕੋ ਨਹੀਂ ਹੈ ਠੀਕ ਹੈ ਜਿਸ ਭਰਾ ਨੂੰ ਘੁੱਟ ਕੇ ਪਸੰਦ ਆਈ ਠੀਕ ਹੈ 3,45,000 ਰੁਪਏ ਦੀ ਝੋਟੀ ਦੇ ਯਾਰ ਰਾਜ਼ੀ ਆ ਤੇਰੇ ਤੋਂ ਜਿਸ ਭਰਾ ਨੂੰ ਪਸੰਦ ਆਵੇ ਲੋ ਜੀ 3,45,000 ਦੀ ਇਹ ਝੋਟੀ ਦੇ ਸਕਣੀ ਹੈ ਨੰਬਰ ਤੇ ਲੱਗੀ ਹੈ ਜਨਾਬ 4 ਜੀ ਠੀਕ ਹੋ ਗਿਆ ਲੋ ਜੀ ਜਵਾਈ ਵੀ ਇਹਦੀ ਜਿਹੜਾ ਹੈ ਨਾ ਇਹ ਵੀ ਵੇਖ ਲੈਣੀ ਹੈ ਦੁੱਧ ਵੀ ਵੇਖ ਲੈਣਾ ਮਿਣਾ ਗਿਲਾ ਨੂੰ ਵੀ ਵੇਖ ਲੈਣਾ ਮਗਰ ਕੱਟੀ ਵੀ ਔਰ ਮੁੱਲ ਵੀ ਜਿਹੜਾ ਉਹ ਵੀ ਜਨਾਬ ਵੇਖ ਲੈਣਾ 3,45,000 ਤੇ 45,000 ਰੁਪਇਆ ਤੇ ਆਏ ਬੰਦੇ ਦੀ ਕਦਰ ਇਹ ਜ਼ਰੂਰ ਹੋਵੇਗੀ ਜਨਾਬ ਪਿਆਰਵਾਂ ਬਜਟ ਹੈ ਨਾ ਇਹ ਜ਼ਰੂਰ ਹੋਵੇਗਾ ਲੋ ਜੀ ਚੀਮਾ ਸਾਹਿਬ ਇੱਕ ਵਾਰੀ ਨੰਬਰ ਧਰਾਓ ਜਨਾਬ ਜਿਹੜਾ ਸਕਰੀਨ ਤੇ ਲਾਣਾ ਜੇ 0320 7701 ਦੂਸਰਾ ਅਲੀਬਾਦ ਦਾ ਲਾਣਾ ਜੀ ਠੀਕ ਹੈ ਚਲੋ ਜਨਾਬ ਦੋਵੇਂ ਨੰਬਰ ਜਿਹੜਾ ਨਾ ਇਹ ਸਕਰੀਨ ਤੇ ਲਾ ਜਾਣਗੇ ਨੰਬਰ ਇੱਕ ਵਾਰੀ ਮੇਰਾ ਵੀ ਨੋਟ ਕਰ ਲਓ 0300-48-87-47-796 ਕੱਟੀ ਵਾ ਤੇ ਛੱਡ ਦੇਣਾ ਜਿਹੜਾ ਨਾ ਦੁੱਧ ਤੁਸੀਂ ਬੱਚਾ ਫਿਰ ਜਿਹੜਾ ਨਾ ਛੱਡਿਆ ਤੇ ਇਸੇ ਵੀਡੀਓ ਦੇ ਨਾਲ ਜਨਾਬ ਦਿਓ ਜ਼ਿਆਦਾ ਇਨਸ਼ਾਅੱਲਾ
ਅਗਲੇ ਵੀਡੀਓ ਦੇ ਨਾਲ ਪੇਰਾ ਦਰੋਂ ਵਾਂਗ ਨਾਰਾ ਮਾਰਨਾ ਪਾਕਿਸਤਾਨ ਜ਼ਿੰਦਾਬਾਦ ਪਾਕਿਸਤਾਨ ਜ਼ਿੰਦਾਬਾਦ।